ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਵਿੱਚ ਮੈਂ ਸੱਦਾ ਦੇਣ ਜਾ ਰਹੀ ਹਾਂ ਤੁਹਾਡੇ ਅੱਜ ਦੇ ਸਟਾਰ, ਇਸ ਪ੍ਰੋਗਰਾਮ ਦੇ ਸਟਾਰ, ਅੱਜ ਦੇ ਸੈਲੀਬ੍ਰਿਟੀ ਗੁਰਪ੍ਰੀਤ ਘੁੱਗੀ ਜੀ, ਜ਼ੋਰਦਾਰ ਤਾੜੀਆਂ। ਕੀ ਬਾਤ, ਗੁਰਪ੍ਰੀਤ ਘੁੱਗੀ ਜੀ ਬਾਰੇ ਮੈਂ ਕਹਿਣਾ ਚਾਹਾਂਗੀ ਕਿ ਇਹ ਸਾਡੇ ਪੰਜਾਬ ਦਾ ਨਹੀਂ, ਪੂਰੇ ਇੰਡੀਆ ਦਾ ਨਹੀਂ, ਇੰਟਰਨੈਸ਼ਨਲ ਲੈਵਲ 'ਤੇ ਜਿੰਨੇ ਪੰਜਾਬੀਆਂ ਨੇ ਸਾਰਿਆਂ ਦਾ ਮਾਣ ਹੈਗੇ ਨੇ ਇਹ, ਕਿਉਂਕਿ ਜਲੰਧਰ ਤੋਂ ਸ਼ੁਰੂ ਕੀਤਾ ਸੀ ਇਹਨਾਂ ਨੇ ਆਪਣਾ ਜਿਹੜਾ ਸਫ਼ਰ ਹੈ, ਦੂਰਦਰਸ਼ਨ ਤੋਂ ਸ਼ੁਰੂ ਕੀਤਾ ਸੀ, ਰੇਡੀਓ ਤੋਂ ਸ਼ੁਰੂ ਕੀਤਾ ਸੀ, ਕਰਦੇ ਕਰਦੇ ਇਹ ਇੰਟਰਨੈਸ਼ਨਲ ਲੈਵਲ ਤੱਕ ਗਏ ਨੇ। ਅਤੇ ਅੱਜ ਮੈਨੂੰ ਬਹੁਤ ਚੰਗਾ ਲੱਗਿਆ ਬੰਬੇ ਆ ਕੇ ਜਦੋਂ ਮੈਂ ਦੇਖਿਆ ਕਿ ਗੁਰਪ੍ਰੀਤ ਘੁੱਗੀ ਹੋਣਾ ਦੀ ਕਿਹਾ ਬਹਿਜਾ। ਸੋ ਇਹਨਾਂ ਬਾਰੇ ਮੈਂ ਦੋ ਲਾਈਨਾਂ ਜ਼ਰੂਰ ਕਹਿਣਾ ਚਾਹਾਂਗੀ ਕਿ ਹਰ ਮੋੜ 'ਤੇ ਸਲੀਬਾਂ, ਹਰ ਪੈਰ 'ਤੇ ਹਨੇਰਾ, ਫਿਰ ਵੀ ਅਸੀਂ ਰੁਕੇ ਨਾ ਸਾਡਾ ਵੀ ਵੇਖ ਜੇਰਾ, ਪੱਥਰ 'ਤੇ ਲਕੀਰ ਹਾਂ ਮੈਂ ਕੋਈ ਪਾਣੀ ਤਾਂ ਨਹੀਂ, ਜਿੰਨਾ ਕਿਸੇ ਮਿਟਾਇਆ ਹੁੰਦਾ ਗਿਆ ਡੁੰਗੇਰਾ, ਜਿੰਨਾ ਕਿਸੇ ਮਿਟਾਇਆ ਹੁੰਦਾ ਗਿਆ ਡੁੰਗੇਰਾ। ਮੈਂ ਜ਼ਿਆਦਾ ਤੁਹਾਡੇ ਔਰ ਇਹਨਾਂ ਦੇ ਦਰਮਿਆਨ ਨਹੀਂ ਆਉਣਾ ਚਾਹੁੰਦੀ, ਸੋ ਜ਼ੋਰਦਾਰ ਤਾੜੀਆਂ ਇੱਕ ਵਾਰ ਗੁਰਪ੍ਰੀਤ ਘੁੱਗੀ ਹੋਣਾ ਵਾਸਤੇ। ਥੈਂਕ ਯੂ ਸੋ ਮੱਚ ਬਸਰਾ ਜੀ, ਸੰਤੋਸ਼ ਬਸਰਾ ਜੀ, ਬਹੁਤ ਅੱਛੇ ਐਂਕਰ। ਪਹਿਲਾਂ ਇੱਕ ਵਾਰੀ ਇਹਨਾਂ ਲਈ ਤਾਲੀਆਂ ਮਾਰ ਦਿਓ ਜੀ, ਬੜੇ ਖੂਬਸੂਰਤੀ ਦੇ ਨਾਲ ਬੜੀ ਖੂਬਸੂਰਤ ਐਂਕਰ ਪ੍ਰੋਗਰਾਮ ਨੂੰ ਚਲਾ ਰਹੀ ਹੈ। ਹਾਂਜੀ, ਹੁਣ ਇੱਧਰੋਂ ਸਤਿ ਸ਼੍ਰੀ ਅਕਾਲ ਆਈ ਸੀ ਇੱਕ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਸੋ ਵੈਸੇ ਕਿਉਂਕਿ ਮੈਂ ਪੰਜਾਬੀ 'ਚ ਗੱਲ ਕਰਾਂ ਤਾਂ ਤੁਹਾਨੂੰ ਜ਼ਿਆਦਾ ਚੰਗਾ ਲੱਗਾਂਗਾ। ਸੋ ਨਾਈਸ ਆਫ ਯੂ ਸਰ, ਕਿਆ ਬਾਤ ਹੈ ਸਰ, ਕਾਇੰਡ ਆਫ ਯੂ, ਬੜੀ ਮਿਹਰਬਾਨੀ ਜੀ। ਔਰ ਕੁਛ ਸਾਡੇ ਮਹਿਮਾਨ, ਸਾਡੇ ਖਾਸ ਮਹਿਮਾਨ ਆਏ ਨੇ ਜਿਨ੍ਹਾਂ ਨੂੰ ਪੰਜਾਬੀ ਸਮਝ ਨਹੀਂ ਆਉਂਦੀ, ਉਨਕੇ ਲਈ ਥੋੜ੍ਹਾ ਸਮੇਂ ਹਿੰਦੀ ਮੇ ਵੀ ਬੋਲ ਦੂੰਗਾ। ਔਰ ਜੋ ਸਿਰਫ ਅੰਗਰੇਜ਼ੀ ਸਮਝਦੇ ਹੈ ਉਹ ਜਾ ਸਕਦੇ ਹੈ। ਹਾਂ ਵੀ ਜਿਹਦੇ 'ਚ ਹੱਥ ਤੰਗ ਹੈ ਉਹਦੇ 'ਚ ਮੈਂ ਪੰਗਾ ਕਿਉਂ ਲੈਣਾ। ਸਰਦਾਰ ਤਾਂ ਹਿੰਦੀ ਬੋਲਦਾ ਹੋਵੇ ਤਾਂ ਲੱਗਦਾ ਝੂਠ ਬੋਲ ਰਿਹਾ, ਅਤੇ ਮੈਂ ਅੰਗਰੇਜ਼ੀ ਦਾ ਸਿਆਪਾ ਕਿਉਂ ਛੇੜਾਂ। ਅੰਗਰੇਜ਼ੀ ਪੰਜਾਬੀ ਸਰਦਾਰ ਸਿਰਫ ਦੋ ਟਾਈਮ 'ਤੇ ਬੋਲਦੇ ਆ, ਜਿੰਨੀ ਮਰਜ਼ੀ ਆਉਂਦੀ ਹੋਵੇ ਜਾਂ ਨਾ ਆਉਂਦੀ ਹੋਵੇ, ਸਿਰਫ ਦੋ ਟਾਈਮ ਹੁੰਦੇ ਅੰਗਰੇਜ਼ੀ ਬੋਲਣ ਦੇ। ਇੱਕ ਤਾਂ ਜਦੋਂ ਚਾਰ ਪੈਗ ਅੰਦਰ ਗਏ ਹੋਣ ਉਦੋਂ ਸ਼ੁਰੂ ਹੋ ਜਾਂਦੇ, ਨੋ ਪ੍ਰੋਬਲਮ ਬਿਗ ਬ੍ਰਦਰ ਥਾਣੇਦਾਰ, ਅੰਡਰ ਦਾ ਟੇਬਲ ਆਲ ਦਾ ਕਾਈਟ, ਵਿਸ਼ ਯੂ ਆਲ ਦਾ ਨੋਟ ਬੈਸਟ, ਅੰਡਰ ਗੋ, ਨੋ ਪ੍ਰੋਬਲਮ। ਫਿਰ ਆਟੋ ਵਾਲੇ ਨੂੰ ਵੀ ਆਪਣਾ ਵਿਜ਼ਿਟਿੰਗ ਕਾਰਡ ਦੇ ਜਾਣਗੇ, ਬਿਗ ਬ੍ਰਦਰ ਥਾਣੇਦਾਰ ਪ੍ਰੋਬਲਮ ਕਾਲ ਮੀ। ਜਾਂ ਦਾਰੂ ਪੀਤੀ ਹੋਵੇ ਜਾਂ ਜਦੋਂ ਸੋਹਣੀਆਂ ਜਿਹੀਆਂ ਬੀਬੀਆਂ ਦੇਖ ਲੈਣ, ਸੋਹਣੀਆਂ ਜਿਹੀਆਂ ਕੁੜੀਆਂ ਵੇ, ਉਦੋਂ ਅੰਗਰੇਜ਼ੀ ਬੜੀ ਆਉਂਦੀ ਪੰਜਾਬੀਆਂ ਨੂੰ, ਬੜੇ ਸੋਹਣੇ ਪੰਜਾਬੀ 'ਚ ਲੱਗੇ ਹੋਣਗੇ, ਉਹ ਯਾਰ ਮੈਂ ਤਾਂ ਉਹ ਵਾਸ਼ੀ ਵਾਲਾ ਪਲਾਟ ਹੀ ਵੇਚਤਾ ਆਪਣਾ, ਅਤੇ ਮੈਂ ਕਿਹਾ ਯਾਰ ਇਹਨੂੰ ਵੇਚ ਕੇ ਨਾ ਕਿਤੇ ਕਮਰਸ਼ੀਅਲ ਲੈ ਲੈਂਦੇ, ਤੋ ਦੈਨ ਆਈ ਥੋਟ ਕਿ ਵਾਈ ਟੂ ਕੀਪ ਦਿਸ ਪਲਾਟ ਐਂਡ ਆਲ ਯੂ ਨੋ, ਐਕਚੁਲੀ ਸਪੋਕ ਟੂ ਮਾਈ ਬ੍ਰਦਰ, ਤੋ ਉਹ ਕਹਿੰਦਾ ਵੇਚ ਪਰਾਂ ਦਫਾ ਕਰ ਯਾਰ ਇਹਨੂੰ, ਨਿਕਲ ਗਈਆਂ ਨਾ ਉਨੀ ਦੇਰ 'ਚ। ਸੋ ਕਹਿਣ ਦਾ ਮਤਲਬ ਹੈ ਜੀ, ਅੰਗਰੇਜ਼ੀ ਸਿਰਫ ਦੋ ਟਾਈਮ ਦੇ ਆਉਂਦੇ, ਹੁਣ ਨਾ ਤਾਂ ਮੈਂ ਦਾਰੂ ਪੀਤੀ ਅਤੇ ਨਾ ਮੇਰੇ ਕੋਲੋਂ ਕੋਈ ਕੁੜੀਆਂ ਲੰਘ ਰਹੀਆਂ, ਇਸ ਕਰਕੇ ਮੈਂ ਅੰਗਰੇਜ਼ੀ ਵਾਲਾ ਜਿਹੜਾ ਅੱਜ ਚੈਪਟਰ ਨਹੀਂ ਖੋਲ੍ਹਣਾ, ਹਿੰਦੀ ਕੋਸ਼ਿਸ਼ ਕਰਾਂਗਾ, ਕਿਉਂਕਿ ਹਿੰਦੀ ਹਮਾਰੀ ਰਾਸ਼ਟਰੀ ਭਾਸ਼ਾ ਹੈ, ਤੋ ਮੈਂ ਕਭੀ ਕਭੀ ਕੋਸ਼ਿਸ਼ ਕਰਤਾ ਹੂੰ ਕਿ ਅੱਛੇ ਸੇ ਬੋਲ ਪਾਓ। ਵੈਸੇ ਤਾਂ ਮੈਂ ਉਰਦੂ ਬਹੁਤ ਅੱਛੀ ਬੋਲ ਲੇਤਾ ਹੂੰ, ਲੇਕਿਨ ਜਿਤਨੀ ਯਾਦ ਕੀ ਹੋ, ਤੇਰੇ ਰੁਖਸਾਰ ਓ ਗੈਂਸੂਓਂ ਕੋ ਤਸ਼ਬੀਹ ਮੈਂ ਦਿਊਂ ਕਿਉਂ ਕਰ, ਤੇਰੇ ਰੁਖਸਾਰ ਔਰ ਗੈਂਸੂਓਂ ਕੋ ਤਸ਼ਬੀਹ ਮੈਂ ਦਿਊਂ ਕਿਉਂ ਕਰ, ਨਾ ਲਾਲਾ ਮੇਂ ਰੰਗ ਐਸਾ ਨਾ ਸਿੰਬਲ ਮੇਂ ਬੂ ਐਸੀ। ਇਹ ਤਾਂ ਜਿਨਕੋ ਸਮਝ ਆਇਆ ਉਨ੍ਹੀਂ ਕੋ ਮਜ਼ਾ ਆਏਗਾ ਜੀ, ਹੈ ਨਾ। ਨਾ ਛੇੜ ਹਮੇਂ ਐ ਨਗਹਤੇ ਬਾਦੇ ਬਹਾਰੀ, ਨਾ ਛੇੜ ਹਮੇਂ ਐ ਨਗਹਤੇ ਬਾਦੇ ਬਹਾਰੀ, ਰਾਹ ਲਗ ਆਪਣੀ ਤੁਝੇ ਅਟਖੇਲੀਆਂ ਸੂਝੀ ਹੈ ਹਮ ਬੇਜ਼ਾਰ ਬੈਠੇ ਹੈਂ। ਤੋ ਜ਼ਬਾਨ ਤਾਂ ਕੋਈ ਵੀ ਉਸਕਾ ਆਪਣਾ ਮਜ਼ਾ ਹੋਤਾ ਹੈ, ਲੇਕਿਨ ਸਾਡੇ ਮੂੰਹ ਤਾਂ ਪੰਜਾਬੀ ਚੜ੍ਹੀ, ਮੈਂ ਕੀ ਕਰਾਂ। ਹੁਣ ਤਾਂ ਕਿ ਮਾਂ ਕੋਲੋਂ ਗਾਲਾਂ ਹੀ ਪੰਜਾਬੀ, ਮਰਜਿਆਂ ਉਤਰਿਆ ਤੇਰਾ ਬੇੜਾ ਕਰਕੇ, ਤੂੰ ਮਰਨਾ ਕਿ ਨਹੀਂ ਕਿਸੇ ਪਾਸੇ, ਗਾਲਾਂ ਹੀ ਪੰਜਾਬੀ 'ਚ ਸੁਣੀਆਂ ਮਾਂ ਕੋਲੋਂ। ਤੋ ਪੰਜਾਬੀ ਜੋ ਹਮਾਰੇ ਬਲੱਡ ਮੇ ਹੈ ਉਹ ਨਿਕਲ, ਮਤਲਬ ਮੈਂ ਕਿਤਨੀ ਵੀ ਕੋਸ਼ਿਸ਼ ਕਰੂੰ ਅੱਛੀ ਹਿੰਦੀ ਬੋਲਣੇ ਕੀ, ਫਿਰ ਵੀ ਕਹੀਂ ਨਾ ਕਹੀਂ ਸੇ ਇੱਧਰ ਉੱਧਰ ਸੇ ਥੋੜ੍ਹੀ ਸੀ ਪੰਜਾਬੀ ਨਿਕਲ ਜਾਤੀ। ਵੈਸੇ ਜ਼ਬਾਨ ਹਿੰਦੀ ਵੀ ਹਮਾਰੇ ਹਿੰਦੁਸਤਾਨ ਕੀ ਬਹੁਤ ਅੱਛੀ ਜ਼ਬਾਨ ਹੈ, ਕੋਸ਼ਿਸ਼ ਕਰੂੰਗਾ ਦੋ ਚਾਰ ਬਾਤੇਂ ਹਿੰਦੀ ਮੇਂ ਵੀ ਕਰੂੰ।
जैसे अभी मैं अपना शो करने के बाद वापस अपने शहर जलंधर गया, बड़े मतलब मैं मेरे ख्याल से 1.5 साल बाद अपने शहर में गया। आपको शहर ही बड़ा अच्छा लगता है अपना, आप देर बाद अपने शहर जाओ तो बहुत अच्छा लगता है। तो मैं अपने शहर में जैसे ही जाके जलंधर में उतरा गाड़ी से, देखा हमारे मोहल्ले में एक भाई साहब खड़े हैं हाथ में बर्फ लेके। मैं बड़ा परेशान हुआ, यार बंदा बर्फ हाथ में फड़ के क्यों खड़ा है, हाथ में क्यों पकड़ी है इसने, और बड़े गौर से बर्फ को देख रहा है। मैं भी देखता रहा उसे, 10-15-20 मिनट मैंने वेट किया, वो कभी इधर कर ले बर्फ को, कभी इस हाथ में कर ले। मैं बड़ा परेशान, मैं चला ही गया। मैं कहा यार कमाल की बात है भाई साहब, कभी बर्फ नहीं देखी आपने। बोला भाई साहब देखी है। तो मैं इतने गौर से क्यों देख रहे हो, कहना नहीं मैं तो चेक कर रहा हूँ ये साली लीक कहाँ से कर रही है। तो ऐसी छोटी छोटी बातें होती हैं जिन, अच्छा कई बार किसी की बेवकूफ़ी से ह्यूमर आता है और कई बार किसी की बहुत ज़्यादा स्मार्टनेस से ह्यूमर आता है। कई लोग बहुत स्मार्ट होते हैं, उनकी शातिरता से ह्यूमर आता है। जैसे एक बहुत शातिर हमारे भाई साहब, वो एक दिन दुआ मांग रहे थे, अरदास कर रहे थे, बोले हिंदुस्तान के 33 करोड़ देवी देवताओं, मैं बिल्कुल भी लालची किस्म का आदमी नहीं हूँ, बड़ा सीधा साधा आदमी हूँ, सो देवी देवताओं मेरा आपसे रिक्वेस्ट है कि मुझे बस सारे 1-1 रुपया दे दो और कुछ नहीं चाहिए। तो भाई 33 करोड़ देवी देवते हैं, उसको तो 33 करोड़ हो गया कि नहीं, सबसे 1-1 रुपया लेके। और या तो मैं बात करूँ किसी की स्मार्टनेस से ह्यूमर आता है या किसी की इनोसेंस से, और पंजाबी हमारे इनोसेंट होते हैं वैसे बेचारे। मैंने अच्छा आधे तो हंस पड़े इस बात पे भी, यार पंजाबी कहाँ इनोसेंट होते हैं, और बेसिकली ये इनोसेंट होते हैं, ये तो आप मेरी बात मान लो। इनके जैसा सीधा आदमी कोई नहीं होता। दुबई दे वेचे एक मर्डर हो गया, कत्ल हो गया दुबई च, तो उत्थे सज़ा देंदे ने सीधी मौत की सज़ा होंदी है उत्थे। वैसे मैं पंजाबी भी ऐसी बोलूँगा जो हिंदी में भी समझ आए। उत्थे कतल की सज़ा जिहड़ी सीधी मौत है, उत्थे 4 लोग सीगे जिन्हां ते शक सी कि इन्हां चारों चों किसी ने मर्डर किया, पंजवां बंदा उह सी जिहदा कतल होया, ते 4 सी जिन्हां ते शक सी। वह कहिंदे जी इन्हां चारों का ट्रायल होना, ट्रायल डायरैक्ट होना। उन्होंने करंट वाली यानी कि पावर वाली एक चेयर लैन दी, कुर्सी लैन दी उत्थे, उहदे च उन्होंने करंट छड्डिया सी 440 वोल्ट का, उहदे च बिजली दीआं सिद्धियां तारां लाईआं सी। कहिंदे जी इहदे उत्ते वारी वारी सारिआं नूं बहिणा पैणा, इहदा लीवर खिंचांगे, अल्लाह फैसला करेगा, रब फैसला करेगा, जिन्हें कतल किया कुर्सी दे विच करंट आ जाएगा वह मर जाएगा, पता लग जाएगा कि इन्हें कतल किया। सब तो पहला साढ़े एक मोहम्मदन भाई साहब जदों उन्हां दी वारी आई, उन्होंने दुआ की या अल्लाह पाक परवरदिगार कर मदद, यह कतल मैंने नहीं किया। जदों उन्होंने चेयर पर बिठाया, लीवर खिंचया, कुर्सी च करंट नहीं आया, वह बच गए। सारे ने मुबारक दित्तियां। वारी आ गई साढ़े एक हिंदू जेंटलमैन, जदों उन्होंने वारी आई चेयर पर बिठाने लगे, हे शिव शंकर भोले भगवान श्री राम, मैंने ये कत्ल नहीं किया, मुझे बचाना। वो भी चेयर पर बैठे, लीवर खिंचया, कुर्सी च करंट नहीं आया। एक क्रिश्चियन भाई साहब से उन्होंने वारी है, उन्होंने बिठाया, उन्होंने भी किया, ईसा मैंने ये नहीं किया है, तू सबकी मदद करता है यीशु, मेरी भी मदद करना। वो जो तो कुर्सी पर बैठे, लीवर खिंचया, करंट नहीं आया। वारी आ गई सरदार साहब की, सरदार साहब तो पूरी पैलां पाते कैटवाक करते तुरे हैं, हम सारे पता भी इन्हों का ही नंबर है, चौथा बचिया ही होर कि वारी आनी है हूँ। जदों चेयर पर बिठाया, कहिंदे बैठो जी, कहिंदे बह गए जी, कहिंदे कोई आखिरी इच्छा ना, कहिंदा कोई इच्छा नहीं, काम करो तुसीं अपन। वो परेशान हो गए, कहिंदे यार पहला बंदा देखे जिहड़ा इन्ना परेशान सिचुएशन दे विच भी इन्ना हस रहा। कहिंदे भाई साहब तुसीं क्यों हस रहे, वो कहिंदे दवा करो यार तुसीं, काम करो अपना, करो करो जो करना। कहिंदे नहीं दसो तुसीं हस क्यों रहे हो, कहिंदे पागलो मैनूं ते तुहाडे ते हस आ रहा। कहिंदा क्यों, आ करंट वाली कुर्सी ते मैनूं बिठा दिता, प्लग ते लाया ही नहीं। इनोसेंट लोग होंगे। सो इदा मैं दसदा भी ह्यूमर हासा साढ़े नाल है, हासा हर जिंदगी दे हर पक्ष ते हर गल दे विच हासा असी लभदे नहीं, जिहड़ा लभण वाला हासा लभ लैंदा। जिदा हुण इत्थे ही आए हैं, मैनूं सब तो पहला बाहर प्रेजिडेंट साहब मिले, इत्थे जदों मैं अंदर आ गया मैनूं देख के कहिंदे आ गए, मैं कहा नहीं अजे रस्ते च ही हाँ, भी आ गया तो नज़र आ रहा, उदा किदा नज़र आना सी मैं। अच्छा कुछ बड़ी ऑबवियस गल्लां होंदियां जिहड़ियां फिर भी असी रिपीट करते हैं लाइफ के, पता होंदा इधर देखा ट्रक दे विच एक बस वजी हुई है,
तीन चार सवारियां इधर डिगियां, तीन चार लोग इधर पए ने, एंबूलेंस आई है उस बॉडीज़ नू चुक रही है, प्रेस वाले फोटो खिंच रहे ने, प्रेस रिपोर्टर अपनी रिपोर्ट लिख रहे ने, डॉक्टर तो डॉक्टर चढ़िया फिरदा, इन्नी भीड़ लगी आले दुआले, मेरे वर्गा जांदा भीड़ नू साइड ते करके एक्सीडेंट होया। कहिंदे नहीं ट्रक ते बस दड़ी बड़ी देर बाद मिले ना जफ्फी पाई। देख के भी पुछी जाना है, साढ़े जलंधर एक क्लॉक टावर है, आज कितनी गर्मी पै रही है, आ गर्मी दे विच एक बंदा लंबी पौड़ी ला के उत्ते चढ़िया, कलॉक दियाँ सारिया सुइयां सैट करके ग्रीसिंग करके पेच कस के थले उतरिया, तीन घंटे लग गए उन्होंने घड़ी ठीक कर देने, जिदा ही थले उतरिया बेचारा मेरे अर्गा कोल जा कहिंदा भाजी घड़ी खराब हुई सी, कहिंदा नहीं जी अखां खराब ने उत्ते टाइम वेखन चढ़िया सी मैं। सारा कुछ देख के भी पूछी जाना है, सारा कुछ किसी के घर जाएंगे बैल मारी टर्रन बैल वजी डोर खुलिया लेडी बाहर आई, हैलो जी नमस्ते जी दत्ता साहब करे ने, हाँ जी कहिंदी घर ने बाथरूम च ने ना रहे, कहिंदी नहीं रोटी खा रहे, पर जिहड़ा बाथरूम चा गरीब नहाउंदा ही होना बेचारा, फिर भी पूछना जरूर हुंदा है, ये तो कुछ नहीं कई बार किसी सुते बंदे उठा के पुछन के सुता यार सुता पिछे सुता तो बोलता कि फिर ये तो कुछ नहीं, एक बार मैं सिक हो गया बीमार हो गया क्योंकि ट्रैवलिंग इन्नी है बहर आते जाते रही, सिक हो गया डॉक्टर को गया कहते कंप्लीट बैड रेस्ट, सत्त दिन घरों बहर नहीं निकलना, साउंड स्लीप लैनी है, उन्हें कुछ मेडिसन दिती मैनू कहते इन्नी देर बाद इन्नी देर बाद मेडिसन लैनी है, जाके मैं अजे पहली डोज ही ली माड़ी मोटी, मैनू उत्थे ही नींद आ गई, पहली डोज लैके तो मैं सौ गया, सुते नूं अद्धा पौना घंटा हो गया मेरी, मैनू अचानक मेरी जाग खुली, मैनू जिदा उपरों कोई उठा रहा है, उठो हैलो उठने कि नहीं तुसी, मैं समझ गया भी इन्ने दबके नाल तो वाइफ ही उठा सकती है, माँ तो इन्नी बेदर्द नहीं हो सकती, उठने कि नहीं तुसी, मैं क्या धमकियां आन लग पई, उठना बैटर है, मैं क्या की होया तुसी उठना कि मैं पानी पाव लिया के तुहाडे ते, मैं बड़ी मुश्किल उठाया, मैं क्या की होया किदा घोड़े वेच के सुते ने, नींद वाली गोली नहीं सिखानी, त्या मैं क्या मैं मरिया पिया सी। अच्छा सुते नूं उठा के नींद वाली गोली दे जानी बीबी ने, दसो मैं क्या ठीक है भी काम तेरा पास हाँ तू, अच्छा ये प्यार मैं सिखावा भाभी नूं, मैं उन्हें कहना राती ढाई बजे पिन्ना चोब के उठाया करो कि मेरा प्यार है, सो कहने का मतलब है जी कि ह्यूमर घर चो मिलता, हर छोटी छोटी गल चो मिलता, लोग नोटिस नहीं करते, असं वो गलतियां करते हैं वो भी ह्यूमर होंगे पर सानू पता नहीं लगता, किसी नूं पुछीदा जी सीधा मैं जाना जी हॉस्पिटल जाना सिविल हॉस्पिटल, कहिंदे सीधा जाओ अगे जाके राइट मुड़ जाओ अगे गोल चक्कर आएगा, हुण चक्कर गोल ही हुंदा, कभी चौरस चक्कर भी देखिया किसी ने, फिर भी कही दा गोल चक्कर कॉमन एरर, इदां ही वेख्या यार कि बंदा बेचारा मर गया अर्थी ते पालिया लैके जा रहे अर्थी उहदी, मगर 300-400 बंदा रोंदा जा रहा शमशान घाट लैके जा रहा, अगे मटके वाला भी जा रहा राम नाम सत है राम नाम सत है राम नाम, अगो पिछों मेरे वर्गा आंदा सब तो लास्ट वाले नूं कूणी मार के कहिंदा मर गया, कहिंदा नहीं इहनूं झूटे लैण दा शौक है, इहनू वैस्टर्न हाईवे तो गेड़ा दे के वापस लै आउणा, कॉमन एरर उस दीआं गल्लां दा, ह्यूमर देखो इह अर्थी चों वी ह्यूमर निकल आंदा जे कढ़णा होवे, ते जिन्हां नहीं कढ़णा उहनां नूं व्याहां च नहीं हासा लभदा, उह व्याह च वी सड़े फूके फिरदे हुंदे ने, हुंदे आ ना जी, वो अपनी खुशी तो उन्ने खुश नहीं होंदे जिन्हें दुनिया की खुशी तो दुखी हो ही जाते हैं, अपना सूट जनानियां भुल जाता आ की पाया ने बेरवा जा जिया, ए जोर जट तो बंद हो इनू 8 साल हो गए ने इन हूँ लभ नहीं होंदा इदा जी, उन्हें बेचारी ने पाकिस्तान तो सूट मंगाया होंदा पाया कि पटियाला शाही कौन पाता अजकल, मेरे तो जुत्ती भी नहीं पाती अजकल, तो लौंग लौंग चल रहे ने लौंग लौंग क्योंकि उन्हें आप लौंग लौंग पाया होंगे ना उस दिन, अच्छा जनानियां की मैं नज़र की समझ नहीं आई विआह दे विच जनानियां बाकी छड्डो, वो जिदा विआह हुंदा ने घुंड कढ़िया हुंदा सारे विआह च आई बैठी हुंदी है, वह भी घर जाके हसबैंड नूं पुछदी है वो जिन्हां ने प्रिंट सूट पाया सी वो कौन सी भला,
ਉਹ ਜਿਹੜੇ ਸਗਨ ਫੜਾਉਣ ਆਈ ਸੀ, ਚੀਨ ਮੀਨ ਦੀ ਚੁੰਨੀ ਲਈ ਸੀ, ਉਹ ਕਿਹੜੀ ਲੇਡੀ ਸੀ ਭਲਾ? ਉਹ ਇਕੱਲੀ ਇਕੱਲੀ ਉਹਨੂੰ ਸੂਟ ਤੋਂ ਯਾਦ ਹੁੰਦੀ ਵੀ ਕਿਹੜੀ ਕਿਹੜੀ ਆਈ ਸੀ। ਬੰਦਾ ਪੁੱਛੇ ਤੂੰ ਤਾਂ ਅੱਖ ਨਹੀਂ ਉੱਪਰ ਚੁੱਕੀ, ਤੈਨੂੰ ਸੂਟ ਸਾਰੀਆਂ ਦੇ ਯਾਦ ਨੇ। ਇਹ ਵੀ ਇੱਕ ਕਮਾਲ ਹੈ ਵੈਸੇ ਲੇਡੀਜ਼ ਦੀ ਨਾ, ਪਹਿਰਾਵੇ ਦੇ ਮਾਮਲੇ 'ਚ ਬੰਦਾ ਵਿਚਾਰਾ ਮੇਰੇ ਵਰਗਾ ਨਾਲ ਚਲਾ ਜਾਂਦਾ ਮੌਲ 'ਚ ਸ਼ੋਪਿੰਗ ਕਰਾਉਣ। ਸਭ ਤੋਂ ਵੱਡਾ ਟੋਰਚਰ ਬੰਦਿਆਂ 'ਤੇ ਜਦੋਂ ਲੇਡੀਜ਼ ਦੇ ਨਾਲ ਸ਼ੋਪਿੰਗ ਕਰਨ ਜਾਣਾ ਪੈਂਦਾ, ਉਹ ਵੀ ਮੌਲ ਦੇ ਵਿੱਚ ਜਦੋਂ ਕੱਪੜੇ ਨਹੀਂ ਨਾ ਪਸੰਦ ਆਉਂਦੇ ਇਹਨਾਂ ਨੂੰ, ਰੋ ਪਾਓ ਜਿਹਦਾ ਜਿਹਦਾ ਦਿਲ ਕਰਦਾ ਰੋਣ ਨੂੰ, ਕੋਈ ਗੱਲ ਨਹੀਂ। ਕਈਆਂ ਦਾ ਰੋਣਾ ਨਿਕਲ ਗਿਆ ਮੇਰੇ ਹੱਲ ਦੇਖ ਕੇ ਵੀ ਸੱਚੀ ਗੱਲ ਹੈ ਭਾਅ ਜੀ। ਚੰਗਾ ਲੱਗਦਾ ਬੰਦਾ ਜਨਾਨੀ ਟਰਾਈ ਰੂਮ ਦੇ ਵਿੱਚ ਸੂਟ ਚੇਂਜ ਕਰ ਰਹੀ ਹੋਵੇ, ਬੰਦਾ ਜਨਾਨੀ ਦਾ ਪਰਸ ਫੜ ਕੇ ਆਇਲ ਦੇ ਵਿੱਚ ਇੱਦਾਂ ਫਿਰਦਾ ਹੋਵੇ, ਇੱਦਾਂ ਫੜਿਆ ਹੁੰਦਾ ਹੱਥ 'ਚ ਉੱਥੇ, ਫਿਰ ਬੰਦੇ ਦਾ ਹੌਸਲਾ ਅਜੇ ਭਾਈ ਸਾਹਿਬ ਕਹਿੰਦੇ ਇੱਦਾਂ ਹੀ ਹੁੰਦਾ, ਇੱਦਾਂ ਹੀ ਹੁੰਦਾ, ਇੱਦਾਂ ਹੁੰਦਾ ਨਾ ਭਾਅ ਜੀ। ਅੱਛਾ, ਬੰਦੇ ਦਾ ਹੌਸਲਾ ਉਦੋਂ ਵੱਧ ਜਾਂਦਾ ਜਦੋਂ ਆਪਣੇ ਵਰਗੇ ਤਿੰਨ ਚਾਰ ਹੋਰ ਦਿਸ ਪੈਂਦੇ ਆ, ਇਸ ਬੈਡਾ ਦਾ ਪਰਸ ਫੜਿਆ ਹੁੰਦਾ ਇੱਕ ਦੂਜੇ ਨੇ, ਫਿਰ ਪਰਸ ਪਿੱਛੇ ਫੜ ਕੇ ਐਂ ਸੈਰ ਕਰਨ ਲੱਗ ਪੈਂਦੇ ਵੀ ਜਿੱਦਾਂ ਮੇਰੇ ਕੋਲ ਹੈ ਨਹੀਂ। ਅੱਛਾ, ਉਹ ਜਨਾਨੀ ਅੰਦਰੋਂ ਟਰਾਈ ਰੂਮ ਦੇ ਵਿੱਚੋਂ ਬੰਦਾ ਕਿੰਨੀ ਕੁ ਵਾਰੀ ਚੀਜ਼ਾਂ ਦੇਖੀ ਜਾਵੇ, ਅੰਦਰੋਂ ਇਸ਼ਾਰੇ ਕਰੀ ਹੁਣ ਉੱਥੇ ਛੇ ਛੀ ਛੀ ਵਾਲੇ ਨੇ, ਕੀ ਪਤਾ ਕਿਹਨੂੰ ਛੀ ਛੀ ਹੋਣ ਡਿਆ ਉੱਥੇ। ਉਹ ਫਿਰ ਦੂਰੋਂ ਵਿਚਾਰਾ ਬੰਦੇ ਦਾ ਉਹ ਨਾਲ ਦਾ ਕਹਿੰਦਾ ਭਾਈ ਸਾਹਿਬ ਆਪ ਕੋ, ਕਿਉਂਕਿ ਉਹਦੀ ਵੋਟੀ ਵਾਲੀ ਦਾ ਧਿਆਨ ਜ਼ਿਆਦਾ, ਉਹਨੂੰ ਆਪਣੀ ਭੁੱਲੀ। ਫਿਰ ਮੁੜ ਕੇ ਦੇਖਦਾ, ਹਾਂ ਪਹਿਲੀ ਗਾਲ ਇੱਥੋਂ ਡਾਂਟ ਪੈ ਗਈ, ਤੇਰਾ ਧਿਆਨ ਕਿੱਧਰ ਹੁੰਦਾ? ਬੰਦਾ ਇਸ਼ਾਰੇ ਨਾਲ ਸਮਝ ਜਾਂਦਾ ਡਾਂਟ ਪੈ ਗਈ। ਬੰਦਾ ਦੂਰੋਂ ਦੇਖਦਾ, ਸਮਝ ਤਾਂ ਆ ਨਹੀਂ ਰਹੀ, ਏਡੋ ਡੇਢ ਕਿਲੋਮੀਟਰ ਦੂਰੋਂ ਕੀ ਪਤਾ ਲੱਗੇ। ਬੰਦਾ ਦੂਰੋਂ ਹੀ ਕਹਿ ਦਿੰਦਾ ਮਤਲਬ ਕਿ ਕੈਸੀ ਚੁਆਇਸ ਹੈ ਤੁਹਾਰੀ, ਇਹ ਵੀ ਪਸੰਦ ਆ ਗਿਆ ਤੁਮੇ। ਅੱਛਾ, ਬੰਦੇ ਨੂੰ ਉਦੋਂ ਸਮਝ ਆ ਜਾਂਦੀ ਯਾਰ ਮੈਂ ਗਲਤੀ ਨਾਲ ਇੰਝ ਕਰ ਬੈਠਾ, ਇੱਥੇ ਤਾਂ ਐਂ ਕਰਨਾ ਸੀ। ਹੁਣ ਅਗਲੀ ਵਾਰੀ ਵਿੱਚ ਪਾ ਕੇ ਆ ਜਾਂਦੀ, ਫਿਰ ਬੰਦਾ ਕਹਿ ਦਿੰਦਾ ਵੀ ਤੁਹਾਰਾ ਕੁਛ ਨਹੀਂ ਹੋ ਸਕਦਾ, ਤੁਮੇ ਇਹ ਵੀ ਪਸੰਦ ਨਹੀਂ ਆਇਆ। ਬੰਦੇ ਨੂੰ ਸਮਝ ਨਹੀਂ ਆਉਂਦੀ ਕਿਹੜੀ ਨੂੰ ਹਾਂ ਕਹਿਣਾ, ਕਿਹੜੀ ਨੂੰ ਨਾ ਕਹਿਣਾ। ਅੱਛਾ, ਬੰਦਾ ਬੋਰ ਹੋ ਜਾਂਦਾ, ਫਿਰ 10-12-15 ਵਾਰੀ ਇਸ਼ਾਰੇ ਕਰ ਕਰਕੇ ਨਾ, ਫਿਰ ਉਹ ਆਪਣੀ ਜਨਾਨੀ ਵੱਲ ਦੇਖਣਾ ਹੀ ਬੰਦ ਕਰ ਦਿੰਦਾ। ਜਦੋਂ ਦੂਜੇ ਦੀ ਆਉਂਦੀ ਨਾ ਸੂਟ ਪਾ ਕੇ, ਫਿਰ ਉਦੋਂ ਵੇਖ ਕੇ ਨਾ ਉੱਧਰ ਦੂਜੀਆਂ ਚੈੱਕ ਕਰਨ ਲੱਗ ਪੈਂਦਾ। ਅੱਛਾ, ਉਹ ਵੀ ਫਿਰ ਆਪਣੇ ਹਸਬੈਂਡ ਤੋਂ ਬੋਰ ਹੋਈ ਹੁੰਦੀ ਹੈ ਵੀ ਇਹਨੂੰ ਤਾਂ ਪਸੰਦ ਹੀ ਕੁਛ ਨਹੀਂ ਆਉਂਦਾ, ਉਹ ਵੀ ਦੇਖ ਲੈਂਦੀ ਵੀ ਇੱਧਰ ਵਾਲੇ ਨੇ ਐਂ ਕਰ ਦਿੱਤਾ ਵੀ ਮੈਂ ਤਾਂ ਇਹ ਲੈ ਰਹੀ ਹੂੰ ਬਸ। ਔਰ ਇਹ ਮੈਨੇ ਕਹੀਂ ਸੇ ਸੁਣਾ ਨਹੀਂ ਹੈ ਭਾਈ ਸਾਹਿਬ, ਮੇਰੇ ਸਾਥ ਯੇ ਕੁੱਤੇ ਖਾਣੀ ਹੋਈ ਹੈ। ਆਪ ਫੋਟੋ ਖਿਚਵਾਨੇ ਕੇ ਲੀ ਤਰਸਤੇ ਹੋ ਯਾਰ, ਫੋਟੋ ਖਿਚਵਾ ਲਓ ਯਾਰ, ਆਟੋਗ੍ਰਾਫ ਦੇ ਦਿਉ। ਐਸੇ ਮੌਲ ਮੈਂ ਆ ਕੇ ਦੇਖਣਾ ਵਹਾਂ ਮੇਰੀ ਹਾਲਤ ਨਾ ਐਸੀ ਹੋਈ ਨਾ, ਆਪਕੋ ਆਪਣੀ ਪਿਛਲੀ ਫੋਟੋ ਵੀ ਨਾ ਡਿਲੀਟ ਕਰ ਦੀ, ਇਸਕੇ ਸਾਥ ਫੋਟੋ ਖਿਚਵਾ ਰਹੇ ਥੇ, ਡਿਲੀਟ ਕਰੋ ਇਸਕੋ। ਮਤਲਬ ਘਰ ਮੇ ਸਭ ਕੀ ਹਾਲਤ ਇੱਕ ਜੈਸੀ ਹੋਤੀ ਹੈ ਮੇਰੇ ਵਰ, ਮਤਲਬ ਇਹ ਕੋਈ ਵੱਡੀ ਗੱਲ ਨਹੀਂ। ਮੈਂ ਤੁਹਾਨੂੰ ਸੱਚ ਦੱਸਾਂ, ਮੈਂ ਵੱਡੇ ਵੱਡੇ ਐਕਟਰਸ ਦੇ ਘਰ ਜਾ ਕੇ ਵੀ ਦੇਖ ਲਿਆ, ਵੱਡੇ ਵੱਡੇ ਕ੍ਰਿਕਟਰਸ ਦੇ ਘਰ ਵੀ ਜਾ ਕੇ ਦੇਖ ਲਿਆ, ਸਾਰੇ ਦੋਸਤ ਨੇ, ਕੁੱਤੇ ਖਾਣੀ ਬਰਾਬਰ ਹੁੰਦੀ ਸਾਰਿਆਂ 'ਚ। ਮੈਂ ਡਿਪਟੀ ਕਮਿਸ਼ਨਰ DM ਦੇ ਘਰ ਜਾ ਕੇ ਵੀ ਦੇਖ ਲਿਆ। ਇਸ ਮੈਂ ਇਸ ਕਰਕੇ ਆਪਣੀਆਂ ਗੱਲਾਂ ਸੁਣਾ ਰਿਹਾ, ਸਭ ਨਾਲ ਇਹੋ ਜਿਹਾ ਹੀ ਹੁੰਦਾ। ਮੇਰੇ ਵਰਗਾ ਬੰਦਾ ਸ਼ੂਟਿੰਗ ਕਰਕੇ, ਸ਼ੋਅ ਕਰਕੇ, ਇੱਥੋਂ ਪੈਸੇ ਲੈ ਕੇ ਆਪਣੇ ਘਰ ਜਾਂਦਾ, ਘਰ ਜਾ ਕੇ ਦੇਖਦਾ ਲੇਟ ਹੋ ਗਿਆ ਭਰਾਵਾ, ਇਸ ਵੇਲੇ ਨਾ ਵਹੁਟੀ ਨੂੰ ਉਠਣਾ ਨਹੀਂ, ਬੀਵੀ ਨੂੰ ਉਠਾਉਣਾ ਨਹੀਂ, ਮਾੜਾ ਜਿਹਾ ਡੋਰ ਖੋਲ੍ਹਿਆ ਅੰਦਰ ਵੜੇ, ਸ਼ੂਜ਼ ਵੀ ਲਾ ਕੇ ਬੰਦਾ ਹੱਥ 'ਚ ਫੜ ਲੈਂਦਾ ਵੀ ਕਿਤੇ ਉੱਠ ਨਾ ਪਏ। ਮਹਾਰਾਣੀ ਜੇ ਕਿਤੇ ਉੱਠ ਪਈ ਤਾਂ ਮਹਾਰਾਜ ਫਿਰ ਤਾਂ 3 ਦਿਨ ਕੰਮ 'ਤੇ ਜਾਣ ਜੋਗਾ ਨਹੀਂ ਮੈਂ। ਅੱਛਾ, ਉੱਤੋਂ ਮੇਰੀ ਬੀਵੀ ਵੀ ਐਡੀ ਅੱਛੀ ਹੈ, 10 ਵਜੇ ਤੋਂ ਬਾਅਦ ਭਾਵੇਂ ਮੈਂ ਸਵੇਰੇ ਅਖਬਾਰ 'ਚ ਹੀ ਆਵਾਂ, ਉਹਨੇ ਨਹੀਂ ਮੈਨੂੰ ਪੁੱਛਣਾ ਤੂੰ ਕਿੱਥੇ ਹੈ। ਜੇ ਕਿਤੇ ਅੱਖ ਖੁੱਲ੍ਹ ਗਈ ਉਹਨੇ ਰੋਟੀ ਨਹੀਂ ਪੁੱਛਣੀ, ਸੁੱਤੀ ਪਈ ਨਾ ਇੱਦਾਂ ਹੀ ਸੁੱਤੀ ਹੁੰਦੀ ਹੈ ਨਾ, ਮਾੜਾ ਜਿਹਾ ਉੱਠ ਪੈਗੀ ਇੰਨਾ, ਆ ਗਏ ਹੋ? ਮੈਂ ਕਿਹਾ ਹਾਂਜੀ। ਕੁਇਲਟ ਪਾਸੇ ਕਰਕੇ ਮਾੜਾ ਜਿਹਾ ਇੱਦਾਂ ਕਰੋ, ਕਿਚਨ 'ਚ ਜਾਓ, ਉੱਥੇ ਰੋਟੀ ਪਈ ਹੈ, ਉੱਧਰ ਦਾਲ ਢੱਕੀ ਹੋਈ ਹੈ, ਅਤੇ ਬਾਅਦ 'ਚੋਂ ਫਰਿੱਜ ਵਿੱਚ ਦੁੱਧ ਰੱਖਿਆ ਜੇ, ਕੱਢ ਕੇ ਪੀ ਲਿਓ। ਉਹ ਸਾਰੀ ਡਾਇਰੈਕਸ਼ਨ ਪੈਰਾਂ ਨਾਲ ਹੀ ਦੇ ਦਿੰਦੀ। ਫਿਰ ਸਭ ਨਾਲ ਇੱਦਾਂ ਦਾ ਹੀ ਹੁੰਦਾ, ਕੋਈ ਵੱਡੀ ਗੱਲ ਨਹੀਂ।
ਕਿਉਂਕਿ ਮੈਂ ਤਾਂ ਆਰਟਿਸਟ ਆਦਮੀ ਹਾਂ, ਅੱਗੋਂ ਵਿਆਹ ਵਾਲੀ ਵੀ ਆਰਟਿਸਟ ਹੀ ਮਿਲ ਗਈ ਮੈਨੂੰ। ਜਦੋਂ ਮੇਰਾ ਵਿਆਹ ਹੋਇਆ ਨਾ, ਮੈਂ ਆਪਣੀ ਬੀਵੀ ਨੂੰ ਮਿਲਿਆ ਅਤੇ ਮੈਨੂੰ ਗੱਲ ਯਾਦ ਆ ਗਈ ਵੀ ਸ਼ੁਰੂ ਸ਼ੁਰੂ 'ਚ ਵਾਈਫ 'ਤੇ ਇੰਪ੍ਰੈਸ਼ਨ ਪਾ ਲਓ ਅਤੇ ਪਾ ਲਓ, ਬਾਅਦ 'ਚ ਨਹੀਂ ਪੈਂਦਾ ਹੁੰਦਾ। ਦੂਸਰੀ ਕਿ ਤੀਸਰੀ ਸਾਡੀ ਮੁਲਾਕਾਤ ਸੀ, ਯਾਨੀ ਕਿ ਦੋ ਤਿੰਨ ਦਿਨ ਮੇਰੇ ਵਿਆਹ ਨੂੰ ਹੋਏ ਸੀ, ਮੈਂ ਇੱਕ ਦਿਨ ਸਵੇਰੇ ਉੱਠਦਿਆਂ ਨਾਲ ਹੀ ਦੂਜੇ ਤੀਜੇ ਦਿਨ ਮੈਂ ਆਪਣੀ ਵਾਈਫ ਨੂੰ ਕਿਹਾ, ਯਾਰ ਰਾਤ ਸੁੱਤੇ ਪਏ ਨਾ ਸੁਪਨੇ 'ਚ ਮਜ਼ਾ ਬਹੁਤ ਆਇਆ। ਕਹਿੰਦੀ ਕਿਉਂ, ਕੀ ਹੋ ਗਿਆ? ਮੈਂ ਕਿਹਾ ਆਪਣੀ ਪੜੋਸਨ ਨਹੀਂ ਹੈਗੀ ਰਜਨੀ? ਕਹਿੰਦੀ ਹਾਂ। ਮੈਂ ਕਿਹਾ ਉਹ ਸਾਰੀ ਰਾਤ ਮੇਰੇ ਸੁਪਨੇ 'ਚ ਰਹੀ ਹੈ। ਮੈਂ ਕਿਹਾ ਅਸੀਂ ਇੱਥੋਂ ਨਿਕਲੇ ਹਾਂ ਬੈਂਕੋਕ ਤੋਂ ਤਾਂ ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਚਾਈਨਾ ਸ਼ੋਪਿੰਗ ਕਰ ਰਹੇ ਹਾਂ, ਉੱਥੋਂ ਨਿਕਲੇ ਹਾਂ ਅਤੇ ਨਾਲ ਹੀ ਮੈਂ ਕਿਹਾ ਇੱਧਰ ਅਸੀਂ ਡਿਨਰ ਕਰ ਰਹੇ ਹਾਂ ਤਾਜ ਵਿੱਚ, ਤਾਜ ਵਿੱਚੋਂ ਨਿਕਲੇ ਹਾਂ ਅਤੇ ਪਤਾ ਨਹੀਂ ਇੱਥੇ PVR 'ਚ ਫਿਲਮ ਦੇਖ ਰਹੇ ਹਾਂ, ਪਤਾ ਹੀ ਨਹੀਂ ਵੀ ਕਿ ਵਿੱਚੇ ਦੁਬਈ ਵੀ ਆ ਗਿਆ, ਵਿੱਚੇ ਪਤਾ ਨਹੀਂ ਕਿੱਥੇ ਕਿੱਥੇ ਘੁੰਮੇ ਰਾਤ ਅਸੀਂ। ਕਹਿੰਦੀ ਅੱਛਾ। ਕਹਿੰਦੀ ਫਿਰ ਉਹ ਰਜਨੀ ਇਕੱਲੀ ਹੋਣੀ ਤੁਹਾਡੇ ਸੁਪਨੇ 'ਚ ਤੁਹਾਡੇ ਨਾਲ? ਮੈਂ ਕਿਹਾ ਹਾਂ ਹਾਂ, ਤੈਨੂੰ ਕਿੱਦਾਂ ਪਤਾ? ਕਹਿੰਦੀ ਕਿਉਂਕਿ ਉਹਦੇ ਹਸਬੈਂਡ ਤਾਂ ਸਾਰੀ ਰਾਤ ਮੇਰੇ ਸੁਪਨੇ 'ਚ ਰਹੇ ਹੈ। ਮੈਂ ਨਾਲ ਹੀ ਹੱਥ ਜੋੜਤੇ, ਮੈਂ ਕਿਹਾ ਮੈਨੂੰ ਮਾਫ਼ ਕਰ ਦੇ, ਮੈਂ ਝੂਠ ਬੋਲਿਆ, ਤੂੰ ਵੀ ਕਹਿ ਦੇ ਝੂਠ ਹੀ ਹੈ। ਸੋ ਕਹਿਣ ਦਾ ਮਤਲਬ ਇਹ ਹੈ ਜੀ ਕਿ ਬੰਦਾ ਕਈ ਵਾਰੀ ਹੁਸ਼ਿਆਰੀ ਮਾਰਦਾ ਪਰ ਫੜਿਆ ਵੀ ਜਾਂਦਾ। ਸਾਡੇ ਜਲੰਧਰ ਐਗਜੀਬਿਸ਼ਨ ਲੱਗੀ ਪੇਂਟਿੰਗਸ ਦੀ, ਬਹੁਤ ਅੱਛੀ ਐਗਜੀਬਿਸ਼ਨ, ਕਮਾਲ ਕਮਾਲ ਦੀਆਂ ਪੇਂਟਿੰਗਸ ਲੱਗੀਆਂ ਉੱਥੇ। ਮੈਂ ਵੀ ਆਪਣੀ ਵਾਈਫ ਨਾਲ ਚਲਾ ਗਿਆ ਪੇਂਟਿੰਗਸ ਦੇਖਣ, ਮੈਨੂੰ ਜੈਨੂਇਨਲੀ ਉਹ ਪੇਂਟਿੰਗਸ ਬਹੁਤ ਅੱਛੀਆਂ ਲੱਗ ਰਹੀਆਂ ਸੀ। ਇੱਦਾਂ ਹੀ ਆਹ ਪੇਂਟਿੰਗ ਦੇਖੀ ਹੈ, ਦੇਖੀ ਅੱਗੇ ਇੱਕ ਗਏ, ਇੱਕ ਸਟੋਨ ਏਜ ਦੀ ਪੇਂਟਿੰਗ ਲੱਗੀ ਸੀ, ਆਦਿ ਕਾਲ ਦੀ, ਆਦਿ ਮਾਨਵ ਦੇ ਟਾਈਮ ਦੀ, ਬੜੀ ਖੂਬਸੂਰਤ ਔਰਤ, ਅਤੇ ਉਹਨੇ ਪੱਤਿਆਂ ਦੇ ਕੱਪੜੇ ਪਾਏ, ਹਰੇ ਹਰੇ ਪੱਤਿਆਂ ਦਾ ਲਿਬਾਸ, ਕੇਲਿਆਂ ਦੇ ਪੱਤੇ ਪਾਏ, ਹੋਰ ਦੂਜੇ ਪੱਤਿਆਂ ਦੇ ਕੱਪੜੇ, ਬਹੁਤ ਸੋਹਣੀ ਪੇਂਟਿੰਗ ਸੀ। ਮੇਰੀ ਵਾਈਫ ਨੇ ਵੀ ਦੇਖੀ, ਮੈਂ ਵੀ ਅਤੇ ਅੱਗੇ ਨਿਕਲ ਗਈ ਵਾਈਫ ਮੇਰੀ, ਮੈਂ ਉੱਥੇ ਖੜਾ ਹੋ ਗਿਆ, ਮੈਨੂੰ ਪੇਂਟਿੰਗ ਅੱਛੀ ਲੱਗ ਰਹੀ ਸੀ, ਅਤੇ ਵਾਈਫ ਮੇਰੀ 3-4 ਪੇਂਟਿੰਗ ਕ੍ਰੋਸ ਕਰ ਗਈ ਪੇਂਟਿੰਗਸ, ਉੱਥੋਂ ਜਾ ਕੇ ਵਾਪਸ ਆਈ, ਮੈਨੂੰ ਦੇਖ ਰਹੀ ਹੈ, ਕਦੀ ਪੇਂਟਿੰਗ ਵੱਲ ਦੇਖ ਰਹੀ ਹੈ ਵੀ ਪੱਤਿਆਂ ਵਾਲੀ ਬੀਬੀ ਨੂੰ ਦੇਖ ਰਿਹਾ। ਕਹਿੰਦੀ ਚੱਲੋਗੇ ਕਿ ਪੱਤਝੜ ਦੀ ਵੇਟ ਕਰ ਰਹੇ ਹੋ? ਐਵੇਂ ਕਈ ਵਾਰੀ ਨਗਦ ਬੇਇੱਜ਼ਤੀ ਕਰਾ ਲੈਂਦਾ ਬੰਦਾ, ਛੋਟੀਆਂ ਛੋਟੀਆਂ ਗੱਲਾਂ 'ਚ। ਸੋ ਤੁਸੀਂ ਹੱਸ ਰਹੇ ਹੋ, ਮੈਨੂੰ ਮਜ਼ਾ ਆ ਰਿਹਾ। ਕਈ ਲੋਕਾਂ ਨੂੰ ਹੱਸਣ 'ਚ ਮਜ਼ਾ ਆਉਂਦਾ, ਕਈਆਂ ਨੂੰ ਹਸਾਉਣ 'ਚ ਮਜ਼ਾ ਆਉਂਦਾ, ਪਰ ਕਈ ਲੋਕ ਇੱਦਾਂ ਦੇ ਹੁੰਦੇ, ਉਹਨਾਂ ਨੂੰ ਹੱਸਣਾ ਪੈਂਦਾ, ਉਹਨਾਂ ਨੂੰ ਮਜ਼ਾ ਨਹੀਂ ਆਉਂਦਾ। ਇਹ ਮੈਨੂੰ ਐਕਸਪੀਰੀਅੰਸ ਹੁਣੇ ਹੀ ਹੋਇਆ, ਇੱਕ ਦਿਨ ਮੈਂ ਨੋਟ ਕੀਤਾ, ਜਦੋਂ ਏਅਰ ਇੰਡੀਆ ਦੇ ਵਿੱਚ ਚੜ੍ਹਦੇ ਹਾਂ ਨਾ ਆਪਾਂ ਫਲਾਈਟ 'ਚ, ਤੁਸੀਂ ਕਿਉਂ ਹੱਸੇ? ਜਿਹਦਾ ਜਿਹਦਾ ਐਕਸਪੀਰੀਅੰਸ ਹੈ ਉਹ ਤਾਂ ਹੱਸੇਗਾ ਹੀ ਨਾ। ਹੁਣ ਉੱਥੇ ਮਜਬੂਰੀ ਹੁੰਦੀ ਏਅਰਲਾਈਨਸ, ਮੈਂ ਏਅਰ ਇੰਡੀਆ ਨਹੀਂ, ਸਾਰੀਆਂ ਏਅਰਲਾਈਨਸ ਦੇ ਵਿੱਚ ਗੱਲ ਕਰ ਲੈਂਦੇ ਹਾਂ, ਚਲੋ ਕੋਈ ਏਅਰ ਇੰਡੀਆ ਦਾ ਬੈਠਾ ਹੀ ਹੁੰਦਾ ਕਿਸੇ ਵੇਲੇ, ਅਗਲਾ ਗੁੱਸਾ ਹੀ ਕਰ ਜਾਂਦਾ, ਔਰਗਨਾਈਜ਼ਰ ਨੂੰ ਕਹਿੰਦਾ ਅਗਲੀ ਵਾਰੀ ਇਹ ਨਹੀਂ ਆਉਣਾ ਚਾਹੀਏ, ਔਰ ਜਿਸਕੋ ਮਰਜ਼ੀ ਬੁਲਾ ਲਓ। ਮੈਂ ਕਿਹਾ ਫਲਾਈਟ ਦੇ ਵਿੱਚ ਚੜ੍ਹੋ ਨਾ, ਉਹਨਾਂ ਨੂੰ ਹੱਸਣਾ ਪੈਂਦਾ, ਇੱਦਾਂ ਹੱਥ ਜੋੜੇ ਹੁੰਦੇ ਨੇ ਉਹਨਾਂ ਨੇ ਇੱਦਾਂ। ਅੱਛਾ, ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿਉਂ ਹੱਸਣਾ, ਪਰ ਕਿਉਂਕਿ ਡਿਊਟੀ ਹੈ ਹੱਸਣ ਦੀ, ਸੈਲਰੀ ਮਿਲਦੀ ਹੈ, ਉਹਦੇ ਵਿੱਚ ਹੱਸਣਾ ਵੀ ਮੈਂਡੇਟਰੀ ਹੈ, ਉਦੋਂ ਬੈਕ ਆਫ ਦਾ ਮਾਇੰਡ ਕੁਛ ਹੋਰ ਚੱਲ ਰਿਹਾ ਹੁੰਦਾ, ਪਰ ਹੱਸਣਾ ਪੈਂਦਾ। ਸਾਡੇ ਮੌਜੂਦ ਮਹਿਮਾਨ ਆਉਂਦੇ ਜਾ ਰਹੇ ਜੀ, ਸੋ ਅਸੀਂ ਸਾਰਿਆਂ ਦਾ ਸਵਾਗਤ ਕਰਦੇ ਹਾਂ। ਜਿੱਦਾਂ ਜਿੱਦਾਂ ਆ ਰਹੇ ਨੇ, ਸਾਡੇ ਇਸ ਪ੍ਰੋਗਰਾਮ ਦੀ ਰੌਣਕ ਵੱਧ ਰਹੀ ਹੈ। ਵੈਲਕਮ ਜੀ, ਮੋਸਟ ਵੈਲਕਮ, ਜੋ ਵੀ ਚੇਅਰ ਆਪਕੋ ਪਸੰਦ ਆਏ, ਸਾਰੀ ਆਪਕੀ ਹੈ ਜੀ। ਥੈਂਕ ਯੂ, ਮੋਸਟ ਵੈਲਕਮ ਜੀ, ਮੋਸਟ ਵੈਲਕਮ, ਥੈਂਕ ਯੂ ਵੈਰੀ ਮੱਚ। ਚਲੋ ਮਿਲਣੀ ਵੀ ਹੋ ਗਈ ਜੀ, ਕਿਆ ਬਾਤ ਹੈ, ਸੁਪਰ, ਦਿਸ ਇਜ਼ ਦਾ ਰੀਅਲ ਕਲਚਰ ਆਫ ਪੰਜਾਬ। ਔਰ ਆਂਟੀ ਤੁਸੀਂ ਗਾ ਕੇ ਵੀ ਬਹੁਤ ਸੋਹਣਾ ਗਏ ਸੀ, ਇੱਕ ਵਾਰੀ ਆਂਟੀ ਲਈ ਤਾਲੀਆਂ ਮਾਰ ਦਿਓ ਯਾਰ ਭਾਅ ਜੀ, ਪਲੀਜ਼। ਇਸ ਤਰ੍ਹਾਂ ਦੇ ਬਜ਼ੁਰਗ ਜਿਹੜੇ ਖੜ੍ਹੇ ਖਲੋਤੇ, ਪੂਰੇ ਦਾ ਪੂਰਾ ਆਸ਼ੀਰਵਾਦ ਲੱਗਦੇ ਨੇ, ਮਾਂ ਦਾ ਆਸ਼ੀਰਵਾਦ ਕਿਸੇ ਨੇ ਦੇਖਣਾ, ਹਾਂ ਵਹੀ ਕਹਿ ਰਹਾ ਹਾਂ ਜੀ, ਜੋ ਆਸ਼ੀਰਵਾਦ ਕਿਸੇ ਨੇ ਮਾਂ ਕਾ ਦੇਖਣਾ ਹੋ ਤੋ ਆਪਕੋ ਸਰ ਸੇ ਪਾਉਂ ਤੱਕ ਆਸ਼ੀਰਵਾਦ ਕੀ ਮੂਰਤ ਲਗਤੇ ਹੈ। ਐਸੀ ਐਸੀ ਮਾਂ ਵੀ ਖਤਮ ਹੋ ਗਈ ਪੰਜਾਬ ਮੇਂ, ਓਨੈਸਟਲੀ ਕਹਿ ਰਹਾ ਹਾਂ, ਮਾਵਾਂ ਵੀ ਇੰਨੀਆਂ ਮਾਡਰਨ ਹੋ ਗਈਆਂ ਨੇ, ਮਾਵਾਂ ਵੀ ਵੱਢਣ ਜੋਗੀਆਂ ਹੋ ਗਈਆਂ ਨੇ। ਇਹ ਅੱਜ ਕੱਲ੍ਹ ਦੀਆਂ ਅਲਟਰਾ ਮਾਡਰਨ ਮਾਵਾਂ ਹੈ ਕੋਈ ਮਾਵਾਂ ਨੇ, ਗੁੱਸਾ ਨਾ ਕਰਿਓ ਮੇਰੀ ਗੱਲ ਦਾ, ਕਰਨਾ ਤਾਂ ਕਰ ਵੀ ਲਿਓ, ਕੋਈ ਗੱਲ ਨਹੀਂ। ਸਾਡਾ ਟਾਈਮ ਹੁੰਦਾ ਸੀ ਵੀ ਜੀ, ਜਦੋਂ ਅਸੀਂ ਬੱਚੇ ਵੱਡੇ ਹੋਏ ਹਾਂ, ਅਸੀਂ ਬੱਚੇ ਹੁੰਦੇ ਸਾਂ, ਮਾਵਾਂ ਦਾ ਕਿੰਨਾ ਪਿਆਰ ਹੁੰਦਾ ਸੀ ਸਾਡੇ ਨਾਲ, ਪਿਆਰ ਹੁਣ ਵੀ ਬੱਚਿਆਂ ਨੂੰ ਕਰਦੀਆਂ, ਪਰ ਡਿਫਰੈਂਟ ਤਰ੍ਹਾਂ ਨਾਲ ਪਿਆਰ ਕਰਦੀਆਂ। ਅਸੀਂ 4-4 ਸਾਲ ਦੇ ਹੋ ਗਏ ਅਤੇ ਮਾਂ ਨੇ ਕੁੱਛੜ ਤੋਂ ਹੀ ਨਹੀਂ ਲਾਇਆ, ਇੱਧਰੋਂ ਲਾਣਾ ਅਤੇ ਇੱਧਰ, ਇੱਧਰੋਂ ਇੱਧਰ, ਉਹ ਤਾਂ ਅਸੀਂ ਆਪ ਵੱਖੀ 'ਚ ਲੱਤ ਮਾਰਨੀ 4 ਸਾਲ ਦੇ ਹੋ ਕੇ, ਮੰਮੀ ਮੈਨੂੰ ਥੱਲੇ ਲਾ, ਮੈਂ ਤੁਰਨਾ ਵੀ ਸਿੱਖਣਾ।
ਅੱਜ ਕੱਲ੍ਹ ਜੰਮ ਲੈਂਦੀਆਂ ਨੇ ਚੁੱਕਣ ਲੱਗਿਆਂ ਪਤਾ ਨਹੀਂ ਕੀ ਇਹਨਾਂ ਨੂੰ ਹੋ ਜਾਂਦਾ ਹੁਣ ਤਾਂ ਜਿਹੜੀਆਂ ਬਹੁਤੀਆਂ ਅਲਟਰਾ ਮਾਡਰਨ ਮਾਵਾਂ ਨੇ ਉਹਨਾਂ ਦੇ ਅੱਗੋਂ ਬਿੱਬ ਜੀ ਮੰਗਾ ਲਈ ਅੰਗਰੇਜ਼ਾਂ ਵਾਲੀ ਜੰਮਦਾ ਹੀ ਬੱਚਾ ਅੱਗੇ ਝੋਲੇ 'ਚ ਪਾਇਆ ਹੁੰਦਾ ਆਪ ਸੈਰਾਂ ਕਰਦੀ ਜਾਣ ਦੀ ਹੁੰਦੀ ਇੱਦਾਂ ਬਾਹਾਂ ਮਾਰਦੀ ਅਤੇ ਬੱਚਾ ਅੱਗੇ ਝੋਲੇ 'ਚ ਪਾਇਆ ਨਾਲ ਉਹ ਜੰਮਦਾ ਹੀ ਸਪੀਡ ਬ੍ਰੇਕਰਾਂ 'ਤੇ ਕਰਤਾ ਇਹਨੇ ਅੱਛਾ ਮਾਸਾ ਵੱਡਾ ਹੋ ਜਾਵੇ ਫਿਰ ਕਿੱਥੇ ਚੁੱਕਿਆ ਜਾਣਾ ਇਹਨੇ ਤਾਂ ਨਿੱਕਾ ਨਹੀਂ ਚੁੱਕਿਆ ਜਦੋਂ ਛੋਟਾ ਹੁੰਦਾ ਸੀ ਫਿਰ ਕਿੱਥੇ ਚੁੱਕਿਆ ਜਾਣਾ ਇਹਦੇ ਕੋਲੋਂ ਫਿਰ ਤਾਂ ਨਾਲ ਹੀ ਆਇਆ ਨੂੰ ਚੁਕਾਇਆ ਹੁੰਦਾ ਨੌਕਰਾਣੀ ਨੇ ਬੱਚਾ ਚੁੱਕਿਆ ਹੁੰਦਾ ਅਤੇ ਆਪ ਬੰਦੇ ਦੀ ਬਾਂਹ 'ਚ ਬਾਂਹ ਪਾ ਕੇ ਸੈਰ ਕਰ ਰਹੀ ਹੁੰਦੀ ਹੈ ਬੰਦਾ ਪੁੱਛੇ 9 ਸਾਲ ਵਿਆਹ ਇਹਨੂੰ ਹੋ ਗਏ ਨੇ ਦੌੜ ਚੱਲਿਆ ਕਿਤੇ ਇਹਨੂੰ ਛੱਡਦੇ ਗਰੀਬ ਨੂੰ ਕਿਉਂ ਸਰਕਸ ਦੇ ਸ਼ੇਰ ਵਾਂਗੂ ਫੜਿਆ ਜੀ ਨਾਲੇ ਇਹਨੇ ਜਦੋਂ ਜਾਣਾ ਇਹਨੇ ਜਾ ਹੀ ਆਉਣਾ ਉਦੋਂ ਨਹੀਂ ਤੈਨੂੰ ਪਤਾ ਲੱਗਣਾ ਕੱਸ ਕੇ ਬਾਂਹ 'ਚ ਬਾਂਹ ਪਾਈ ਬੱਚਾ ਪਿੱਛੇ ਨੌਕਰਾਣੀ ਨੇ ਚੁੱਕਿਆ ਪਤਾ ਹੀ ਉਦੋਂ ਲੱਗਦਾ ਜਦੋਂ 3 ਕੁ ਸਾਲ ਦਾ ਹੋ ਕੇ ਬੱਚਾ ਨੌਕਰਾਣੀ ਨੂੰ ਕਹਿਣ ਲੱਗ ਪੈਂਦਾ ਮੰਮਾ ਮੰਮਾ ਜੀ ਫਿਰ ਉਹਨੂੰ ਕਹਿੰਦੀ ਸ਼ਟ ਅਪ ਨੌਨਸੈਂਸ ਸ਼ੀ ਇਜ਼ ਨੋਟ ਯੂਅਰ ਮਦਰ ਆਈ ਐਮ ਯੂਅਰ ਮੰਮਾ ਓਕੇ ਮੰਮਾ ਮੈਂ ਹੂੰ ਗਾਟ ਇਟ ਉਹ ਡਰਦਾ ਹੀ ਵਿਚਾਰਾ ਮਰਦਾ ਵੀ ਮੰਮੀ ਨੂੰ ਅੱਜ ਤਾ ਇੰਨਾ ਗੁੱਸਾ ਕਿੱਥੋਂ ਚੜ ਗਿਆ ਸ਼ੀ ਇਜ਼ ਨੋਟ ਯੂਅਰ ਮੰਮਾ ਆਈ ਐਮ ਯੂਅਰ ਮੰਮਾ ਓਕੇ ਅਤੇ ਪਿਓ ਵੀ ਮੇਰੇ ਵਰਗਾ ਪਰੇ ਕੰਪਿਊਟਰ 'ਤੇ ਬੈਠਾ ਹੁੰਦਾ ਚੱਲ ਕੋਈ ਨਹੀਂ ਕਹਿ ਲੈਂਦੇ ਉਹਦਾ ਆਪਣਾ ਦਾ ਲੱਗ ਜਾਂਦਾ ਵੀ ਚੱਲ ਬੱਚੇ ਦੇ ਥਰੂ ਹੀ ਸਹੀ ਗੱਲ 'ਤੇ ਪਹੁੰਚੀ ਅੱਗੇ ਤੱਕ ਭਾਅ ਜੀ ਹੋਰ ਕਿੱਥੇ ਚੁੱਕ ਲੈਣੇ ਇਹਨਾਂ ਮਾਵਾਂ ਨੇ ਬੱਚੇ ਅੱਜ ਕੱਲ੍ਹ ਅੱਛਾ ਵੀਰ ਜੀ ਅੱਗੇ ਜਦੋਂ ਬੱਚੇ ਜੰਮਦੇ ਹੁੰਦੇ ਸੀ ਨਾ ਬੱਚੇ ਜੰਮਦੇ ਹੁੰਦੇ ਸੀ ਲੇਡੀਜ਼ ਨੇ ਦੱਸਣਾ ਬੱਚਾ ਹਾਂਜੀ ਬਹੁਤ ਹੈਲਦੀ ਹੈ ਜੀ 8 ਸੇਰ ਕਾ ਹੈ ਹੁਣ ਸੇਰ 'ਤੇ ਕਿਸੇ ਨੂੰ ਪਤਾ ਹੀ ਨਹੀਂ ਖੈਰ ਉਹ ਮੈਜਰਸ ਹੀ ਨਹੀਂ ਰਹੇ ਉਹ ਵਾਲੇ ਫਿਰ ਬੱਚੇ ਛੋਟੇ ਜੰਮਣ ਲੱਗ ਪਏ ਇਹ ਦੱਸਣ ਲੱਗ ਪਏ ਕੇਜੀਸ ਦੇ ਵਿੱਚ ਕੁਆਇਟ ਹੈਲਦੀ 5 ਕੇਜੀ ਗੁੱਡ ਸੇਰ ਜ਼ਿਆਦਾ ਹੁੰਦਾ ਸੀ ਕਿਲੋਆਂ 'ਚ 5 ਕਿਲੋ ਦੱਸ ਕੇ ਵੀ ਅੱਛਾ ਲੱਗਦਾ ਸੀ ਫਿਰ ਉਸ ਤੋਂ ਵੀ ਕਮਜ਼ੋਰ ਬੱਚੇ ਜੰਮਣ ਲੱਗ ਪਏ ਕਿਉਂਕਿ ਡਾਇਟ ਮਾੜੀ ਹੈ ਰੂਟੀਨ ਮਾੜੀ ਹੈ ਅਤੇ ਬੱਚੇ ਕਮਜ਼ੋਰ ਹੀ ਜੰਮਣੇ ਆ ਨਾ ਪੁੱਛੋ ਜੀ ਬੱਚਾ ਹਾਂ ਕੁਆਇਟ ਹੈਲਦੀ 4 ਪਾਊਂਡਸ ਪਾਊਂਡਾਂ 'ਚ ਦੱਸਣ ਲੱਗ ਪਏ ਪਾਊਂਡ 450 ਗ੍ਰਾਮ ਦਾ ਹੁੰਦਾ ਮੈਨੂੰ ਪਤਾ ਕਿਲੋ ਤੋਂ ਘਟਾ ਕੇ ਪਾਊਂਡਾਂ 'ਚ ਲੈਂਦੇ ਬੱਚੇ ਮੈਂ ਕਿਹਾ ਅੱਗੋਂ ਜਿੱਦਾਂ ਜਿੱਦਾਂ ਬੱਚੇ ਛੋਟੇ ਹੁੰਦੇ ਜਾ ਰਹੇ ਨਾ ਇਹਨਾਂ ਨੇ ਫਿਰ ਕਿਲੋ ਗ੍ਰਾਮਾਂ ਤੋਂ ਗ੍ਰਾਮਾਂ 'ਚ ਹੀ ਲੈ ਆਉਣੇ ਯਾ ਕੁਆਇਟ ਹੈਲਦੀ 200 ਗ੍ਰਾਮ ਕਾ ਹੈ ਪੂਰਾ ਨਹੀਂ 200 ਸੀ ਥੋੜ੍ਹਾ ਜ਼ਿਆਦਾ ਹੀ ਹੋ ਗਿਆ ਵੈਸੇ 220 ਗ੍ਰਾਮ ਕਾ ਤੋ ਹੈ 220 ਗ੍ਰਾਮ ਮੈਂ ਕਿਹਾ ਉਹ ਵੀ ਦੇਣ ਆ ਜਾਣਾ ਜਦੋਂ ਜੰਮ ਪੈਣੇ ਨੇ ਦਿਸਣੇ ਹੀ ਨਹੀਂ ਕੀ ਜੰਮਿਆ ਬੱਚਾ ਜੰਮੇ ਨੂੰ 20 ਮਿੰਟ ਹੋ ਗਏ ਡਾਕਟਰ ਅਜੇ ਵੀ ਵੇਖੀ ਜਾ ਰਹੇ ਲੈਂਸ ਲਾ ਕੇ ਵੀ ਉਹ ਬੇਟਾ ਹੋਇਆ ਮੁਬਾਰਕਾਂ ਬੇਟਾ ਹੀ ਹੈ ਬੇਟਾ ਹੀ ਹੈ ਮੈਂ ਕਿਹਾ ਐਡੇ ਛੋਟੇ ਛੋਟੇ ਜੰਮ ਪੈਣੇ ਨੇ ਫਿਰ ਤਾਂ ਚੁੱਕਣ ਦੀ ਵੀ ਲੋੜ ਨਹੀਂ ਨਾ ਪੈਣੀ ਕਿਉਂਕਿ ਮਾਵਾਂ ਅੱਗੇ ਚੁੱਕ ਕੇ ਨਹੀਂ ਰਾਜ਼ੀ ਬੱਚਿਆਂ ਨੂੰ ਚੁੱਕਣ ਦੀ ਲੋੜ ਨਹੀਂ ਪੈਣੀ ਜੇਬਾਂ 'ਚ ਪਾ ਕੇ ਲੈ ਜਾਇਆ ਕਰਨੇ ਆ ਕਿਸੇ ਪਾਰਟੀ 'ਚ ਜਾਣਾ ਕਰਨਾ ਹੈਲੋ ਜੀ ਕੰਗਰੈਚੁਲੇਸ਼ਨਸ ਥੈਂਕ ਯੂ ਸੋ ਵੈਰੀ ਮੱਚ ਬੱਚੇ ਨਹੀਂ ਆਏ ਆ ਕਿਉਂ ਨਹੀਂ ਬੇਟਾ ਬਾਹਰ ਆਓ ਟਿੰਕੂ ਅੰਕਲ ਕੋ ਨਮਸਤੇ ਬੋਲੋ ਆ ਜਾ ਬੇਟੇ ਆ ਜਾ ਰਾਜੂ ਆਓ ਪਿੰਕੀ ਕਿੱਥੇ ਗਈ ਪਿੰਕੀ ਯਾਰ ਮੇਰੀ ਜੇਬ ਤਾਂ ਨਹੀਂ ਕੱਟੀ ਗਈ ਫਿਰ ਵਾਈਫ ਨੇ ਆ ਕੇ ਦੱਸਣਾ ਉਹ ਕਿਉਂ ਘਬਰਾ ਜਾਂਦੇ ਹੁੰਦੇ ਹੋ ਪਿੰਕੀ ਤੁਸੀਂ ਮੈਨੂੰ ਨਹੀਂ ਸੀ ਫੜਾਈ ਮੈਂ ਪਰਸ ਵਿੱਚ ਪਾ ਲਈ ਸੀ ਬੇਟੇ ਨਮਸਤੇ ਬੋਲੋ ਇਹੀ ਆ ਜਾਣਾ ਜੀ ਸਮਾਂ ਗੰਡੋਇਆਂ ਵਰਗੇ ਨਿਆਣੇ ਜੰਮਣੇ ਅੱਗੋਂ ਕਿਉਂਕਿ ਸਮੇਂ ਨਾਲ ਬੜਾ ਕੁਛ ਬਦਲ ਗਿਆ ਜੀ ਪਹਿਲਾਂ ਮਾਵਾਂ ਦੇ ਦੇਖੋ ਇੱਕ ਇੱਕ ਘਰ ਦੇ ਵਿੱਚ ਬਜ਼ੁਰਗਾਂ ਨੂੰ ਪਤਾ ਹੁਣ ਅੰਕਲ ਬੈਠੇ ਅੰਕਲ ਤੁਸੀਂ ਪਾਕਿਸਤਾਨ ਤੋਂ ਆਏ ਹੋ ਜੀ ਕਿਹੜੀ ਜਗ੍ਹਾ ਤੋਂ ਜੀ ਅਸੀਂ ਸਿਆਲਕੋਟ ਦੇ ਹਾਂ ਜੀ ਨਾਰੋਵਾਲ ਦੇ ਮੈਨੂੰ ਬੜਾ ਮਜ਼ਾ ਆਉਂਦਾ ਇੱਦਾਂ ਦੇ ਬਜ਼ੁਰਗ ਇੱਦਾਂ ਦੀਆਂ ਮਾਵਾਂ ਦੇਖ ਕੇ ਕਿਉਂਕਿ ਕਲਚਰ ਇਹਨਾਂ ਕੋਲ ਸਾਂਭਿਆ ਪਿਆ ਇਸ ਤੋਂ ਬਾਅਦ ਮੇਰੇ ਵਰਗੇ ਲਫੰਟਰ ਹੀ ਜੰਮੇ ਨੇ ਸਾਰੇ ਖਤਮ ਹੋ ਜਾਣਾ ਕਲਚਰ ਸਾਡਾ ਮੈਨੂੰ ਬਹੁਤ ਦੁੱਖ ਲੱਗਦਾ ਇਸ ਗੱਲ ਦਾ ਪਰ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹਾਂਗਾ ਵਾਹਿਗੁਰੂ ਨੂੰ ਹਾਜ਼ਰ ਜਾਣ ਕੇ ਪਰਮਾਤਮਾ ਨੂੰ ਹਾਜ਼ਰ ਜਾਣ ਕੇ ਮੈਂ ਉਹ 11 ਤਰੀਕ ਨੂੰ ਵਿਸਾਖੀ ਵਾਲੇ ਸ਼ੋਅ 'ਚ ਵੀ ਇਹ ਗੱਲ ਕਹੀ ਸੀ ਕਿ ਜ਼ਬਾਨ ਔਰ ਕਲਚਰ ਸਾਡਾ ਨਹੀਂ ਮਰੇਗਾ ਕਿਉਂਕਿ ਜਦ ਤੱਕ ਤੁਹਾਡੇ ਵਰਗੇ ਲੋਕ ਜਿਉਂਦੇ ਹੈ ਸਭ ਤੋਂ ਪਹਿਲਾਂ ਤੁਹਾਨੂੰ ਸਜਦਾ ਕਰਦਾ ਕਿ ਤੁਸੀਂ ਇੱਥੇ ਵਿਸਾਖੀ ਦੇ ਪ੍ਰੋਗਰਾਮ ਕਰਾਉਂਦੇ ਹੋ ਇੱਦਾਂ ਦੇ ਪੰਜਾਬੀ ਇਵੈਂਟ ਕਰਾਉਂਦੇ ਹੋ ਓਨੈਸਟਲੀ ਕਿੰਨਾ ਪੰਜਾਬ 'ਚ ਨਹੀਂ ਹੋ ਰਹੇ ਅੱਜ ਕੱਲ੍ਹ ਪੰਜਾਬ 'ਚ ਮੇਲੇ ਹੁੰਦੇ ਨੇ ਘਟੀਆ ਘਟੀਆ ਗਾਣੇ ਗਾਏ ਜਾਂਦੇ ਨੇ ਅਜੀਬੋ ਗਰੀਬ ਤਰ੍ਹਾਂ ਦੇ ਗਾਣੇ ਗਾਏ ਜਾਂਦੇ ਨੇ ਉੱਥੇ ਵਿਆਹ ਕਹਿੰਦਾ ਢਿੱਡ ਨਾਲ ਬੰਬ ਬੰਨ ਕੇ ਤੇਰੀ ਵਿਆਹ ਦੀ ਮਰੂਤੀ ਅੱਗੇ ਫਟਣਾ ਇੱਦਾਂ ਦੇ ਗਾਣੇ ਚੱਲ ਰਹੇ ਉੱਥੇ ਦੱਸ ਮੈਂ ਪੱਠਿਆਂ ਦੀ ਪਾਂਡਵੇ ਮੈਨੂੰ ਝੋਟਾ ਬਣ ਕੇ ਖਾ ਮਿੱਤਰਾ
क्या बकवास चल रही है जी, सो समझ नहीं आ रहा वो कल्चर किधर जा रहा है। तुसी पंजाबी नूं सच्ची प्यार करने वाले लोग हो, तुसी जिउंदे वसदे रहो, पंजाब दा कल्चर तुहाडे सिर ते जिउंदा रहेगा, पंजाबी जिउंदी रहेगी तुहाडे नाल। थैंक यू वेरी मच। मैं दस रहा सी कि बुजुर्गों नूं पुछ के वेखो, अजकल ते दो दो बच्चे नहीं लेडीज कोलों पैदा होंदे, एक बच्चे तो बाद नो दैट्स इनफ, बस ओके फाइन वी आर डन। ते पहलों हुंदा सी एक एक घर च 12 हुंदा सी अंकल जी, 11 दी टीम हुंदी, इन्हां ने एक पानी पियाण वाला भी लियांदा हुंदा सी, एक्स्ट्रा लोड पै जांदी है कितें। हालात ये हुंदे सी, वड्डा घोड़ी चढ़ जाणा विआह हो जाणा, वड्डा घोड़ी चढ़िया होना निक्का कुछड़ चढ़िया होना, वड्डे दे सुरमा पै रहे निक्के दा सींड साफ हो रहा, अजे भी बस नहीं, घर च वड्डे दा विआह हो के नूँह आ गई, सस ने फिर रौनक ला देनी, फिर नूहां ने शर्मिंदियां होके अंबैरस होके गीत गाने, सस मेरी ने मुंडा जमया, कहंदियां सी ना सस मेरी ने मुंडा जमया ना रखिया गुर दिता, सस मेरी ने मुंडा जमया ना रखिया गुर दिता, पंजीरी खावांगे बाबा जी ने दिता पंजीरी। गलतियां अपनियां ना बाबा जी दा ला देना, फिर बाबे ने की कीता विच, पर वह भी देखो किड्डे सोहने पल जाते होंगे सी बच्चे, 12 बच्चे भी मावं पाल लेंदियां सी, अजकल तो 2 बच्चे ने वह पालने औखे हो गए ने, हालांकि बड़े डिसिप्लिनड बच्चे ने, वह तो भूत होंगे सी उन्हां समयां च, भूश सामने सौखे कितने, अजकल 2 बच्चे माँ कहती राहुल बिटा कम इनसाइड, ईशा बच्चे गो इनसाइड, चलो चलो बच्चे ओके मामा, बच्चे अंदर आ जाते। जदों एक एक घर च 12 होंगे सी ना, उदों मावां भी बच्चे इदां लैके जांदियां सी जिदां मुर्गियां नहीं लैके जांदियां, आह 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 मरे लत्तां चों निकल जांदे हुंदे सी, फिर भी मावां ने किड्डे वधिया बच्चे पाले, इन्ने इन्ने बच्चे हुंदे सी, सारे पिंड दे बच्चे एक थां ते खेलदे होणे, पता लगना मिट्टी नाल मिट्टी होए, सारे बच्चे इक्को जे लग रहे ने, मां ने जाके 25 बच्चों के मूँह तो आके बच्चों अपने 8 पछाण के लैके जाने भी ये अपने ने, बाकी खेडो बेटे तुसीं, मैं अपने वाले लै चली हूँ। तो अजकल तो फैशन का जमाना, वाइफ हसबैंड आवाज़ मार के पुछती एक्सक्यूज मी विल यू प्लीज जस्ट मी डार्लिंग ये वाले लोअर के साथ देखना ये सैंडल कौन से मैच करेंगे। तो जदों बच्चे बहुते होंगे सी उदो जनानियाँ इदा पुछदियाँ नहीं, मैं क्या दस्यो जरा आ सूट दे नाल केड़ा बच्चा मैच करेगा, उदों बच्चा मैच करके लैके जांदियां सी, उदों वैसे थोड़ी अनपढ़ता भी सी, मैं अप्रीशिएट नहीं करता भी ज़्यादा बच्चे सी, चंगी गल है हाँ तो गल माड़ी सी, पर मैं क्या पाल लैंदियां सी क्योंकि उदों अवेयरनैस नहीं सी, उदों तो जनानियां की लड़ाई भी यह हुंदी सी, मैनू नहीं पता गुआंढियां दे 10 बच्चे साढ़े 9 क्यों मैनू नहीं पता, ऐसे लड़ाई च बच्चे वध जांदे हुंदे सी। पर मैं गल पता नहीं कितों चली कितने चली गई, ओए होए भाजी बीबी नहीं भुलते तुसी भाजी, इन्ना रिस्क लै रहे हो घर दे उहदे नाल बैठे भी कहिंदे एयर इंडिया की बीबी। मैं दस रहा सी कि उन्हां नूं हसना पैंदा, पैसेंजर चढ़ रहे हुंदे ने हाथ जोड़े हुंदे ने ते बैक ऑफ द माइंड कुछ होर चल रहा, दिमाग च चल रहा हुंदा ओहो फीस फिर रह गई बच्चे की, अज दुध वाला फिर दुध कितें बाहर ना रख गया होवे खराब हो जाता, इलैक्ट्रिसिटी का बेड़ा ही गर्क हो गया, जो बिजली ना आई तो फ्रिज खराब हो जाना, अच्छ उत्तों हसी जाए दिमाग च चली जाए होर कर दें गल्ला, उन्होंने आके कहना पैंता एक्सक्यूज मी मैडम पैसेंजर सारे बह गए ने कि हस रहे हो। सो कह मतलब कई हसना प्रॉब्लम होंगी, मजबूरी होंगी भी हसना पैंता, कई चेहरे ही इदा के होंगे ने तुम लगता हसते पे ने, अच्छा हर बंद का अपना अपना चेहरा होंगे, कई तुहानू हमेशा ही हसते मिलन गए, उन्होंने मूँह ही इदा का हों जो भी तुम इदा के किसी के घर भी जाएंगे ना वो पता लगा पापा जी पूरे हो गए ने बड़ा दुख लगा यार, वो कहना तेनू कहता दुख लगा तू तो हस रहे हैं, उन्होंने शक पैंता मारिया ही इन्हें होना जिन्ना खुश है। अच्छा कई मूँह रोन वाला जमांदरों ही रो जमते ही इदा के, वो अपने मुंडे के ब्याह भी इदा फिरते होंगे ने इन्ने परेशान लग रहे होंगे ने जिदा इन्हू लगता भी खर्चा तो हो ही जा रहा पता नहीं मुंडा अपना भी है कि नहीं। अच्छा कई मूँह हैरानी वाला होंगे जमांदरू ही इदा
ਹਨ ਉਹ ਆਪਣੇ ਵਿਆਹ 'ਚ ਵੀ ਐਂ ਫਿਰ ਰਿਹਾ ਹੁੰਦਾ ਵੀ ਮੇਰਾ ਵਿਆਹ ਕਿੱਦਾਂ ਹੋ ਗਿਆ ਇਹਦਾ ਤਾਂ ਚਾਂਸ ਹੀ ਕੋਈ ਨਹੀਂ ਸੀ ਹੋਇਆ ਸੋ ਕਹਿਣ ਦਾ ਮਤਲਬ ਜੀ ਹਿਊਮਰ ਹਰ ਥਾਂ 'ਤੇ ਆ ਹਾਸਾ ਹਰ ਥਾਂ 'ਤੇ ਆ ਸਿਰਫ ਲੱਭਿਆ ਕਰੋ ਮੈਨੂੰ ਤਾਂ ਮਜ਼ਾ ਆਉਣ ਲੱਗ ਪਿਆ ਮੈਂ ਤਾਂ ਜੇ ਹੋਰ ਟਾਈਮ ਲਾ ਸਕਦਾ ਪਰ ਕਿਉਂਕਿ ਸਮੇਂ ਦੀ ਪਾਬੰਦੀ ਮੈਨੂੰ 6 ਵਾਰੀ ਇਸ਼ਾਰਾ ਪਿੱਛੋਂ ਹੋ ਚੁੱਕਾ ਪਰ ਮੈਂ ਇੱਕ ਵਾਰੀ ਫਿਰ ਦੁਬਾਰਾ ਆਉਣਾ ਸਟੇਜ 'ਤੇ ਕਿਉਂਕਿ ਬੰਬੇ ਮੈਂ ਵਾਰ ਵਾਰ ਨਹੀਂ ਇੱਥੇ ਆਉਂਦਾ ਜੀ ਨਵੀਂ ਮੁੰਬਈ ਸੋ ਆਈ ਵੁੱਡ ਲਵ ਟੂ ਕਮ ਅਗੇਨ ਸੋ ਜੀ ਕੀਪ ਇੰਜੋਇੰਗ ਦਿਸ ਜਸ਼ਨ ਏ ਪੰਜਾਬ ਔਰ ਜਸ਼ਨ ਏ ਪੰਜਾਬੀ ਸਾਡਾ ਜਿਹੜਾ ਇਹ ਪੂਰੇ ਦੁਨੀਆ ਦੇ ਵਿੱਚ ਇਸ ਵੇਲੇ ਪਾਪੂਲਰ ਹੈ ਕਿਉਂ ਤੁਸੀਂ ਇਹਨੂੰ ਲਗਾਤਾਰ ਕਰਦੇ ਆ ਰਹੇ ਹੋ ਅੱਜ 3 ਕਾਲਾਂ ਮੈਨੂੰ ਓਵਰਸੀਜ਼ ਤੋਂ ਵੀ ਆ ਗਈਆਂ 2 ਫੋਨ ਕੈਨੇਡਾ ਤੋਂ ਇੱਕ ਅਮਰੀਕਾ ਤੋਂ ਕਿ ਅੱਜ ਭਾਜੀ ਨਵੀਂ ਮੁੰਬਈ ਜਾ ਰਹੇ ਹੋ ਅਤੇ ਸ਼ੋਅ ਕਰਨ ਜਾ ਰਹੇ ਹੋ ਤੁਹਾਡੀ ਸਕਸੈਸ ਹੈ ਕਿ ਅੱਜ ਦੁਨੀਆ 'ਚ ਸਾਰਿਆਂ ਨੂੰ ਪਤਾ ਕਿ ਤੁਸੀਂ ਇੱਥੇ ਇਸ ਤਰ੍ਹਾਂ ਦੇ ਸ਼ੋਅਜ਼ ਆਰਗੇਨਾਈਜ਼ ਕਰਦੇ ਹੋ ਸੋ ਆਈ ਮਸਟ ਕੰਗਰੈਚੁਲੇਟ ਟੂ ਆਲ ਆਫ ਯੂ ਮੈਂ ਪੂਰੀ ਟੀਮ ਦਾ ਨਾਮ ਲਵਾਂਗਾ ਕਿਸੇ ਦਾ ਨਾਮ ਇੱਕ ਦਾ ਨਹੀਂ ਸਾਰੀ ਟੀਮ ਨੂੰ ਮੁਬਾਰਕ ਔਰ ਮਹਾਰਾਜ ਚੜ੍ਹਦੀ ਕਲਾ 'ਚ ਰੱਖਣ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਵੈਰੀ ਮੱਚ